दुबई के उगे सिख बिजनेसमैन एस पी सिंह उबराए जिथे इस वेले पंजाब विच कोरोना महामारी दौरान मदद का सिलसिला लगातार जारी रखे हुए ने, उत्थे ही उन्हां वल्लों यूएई विच कतल दे मामले का सामना कर रहे 14 नौजवानों नूं नवीं जिंदगी दित्ती गई। उन्हां दीआं कोशिशां दा ही नतीजा है कि 14 नौजवान जिन्हां विचों 11 पंजाब दे हन, 1 हरियाणे दा, 2 पाकिस्तान दे हन, 11 पंजाबी नौजवानों चों 9 बीती रात चेन्नई एयरपोर्ट ते आण उतरे, जिन्हां नूं हालांकि मिलटरी हॉस्पिटल विच एकांतवास विच रख्या गया है, बाकी अगले कुछ दिनों विच वापस परत ਆਉਣਗੇ, ਬਾਕੀ 2 ਉੱਥੋਂ ਹੀ ਪਾਕਿਸਤਾਨ ਜਾਣਗੇ। ਇਹ ਨੌਜਵਾਨ ਪੰਜਾਬ ਦੇ ਹੀ 2 ਨੌਜਵਾਨਾਂ ਦੇ ਕਤਲ ਦੇ ਸਿਲਸਿਲੇ 'ਚ ਗ੍ਰਿਫਤਾਰ ਕੀਤੇ ਗਏ ਸਨ, ਜਿਨ੍ਹਾਂ 'ਚੋਂ ਇੱਕ ਨੌਜਵਾਨ ਜਲੰਧਰ ਦਾ ਆਸਿਫ ਅਲੀ ਸੀ ਤੇ ਦੂਜਾ ਕਪੂਰਥਲਾ ਦਾ ਵਰਿੰਦਰਪਾਲ ਸਿੰਘ ਸੀ, ਜਿਸ ਦਾ ਕਤਲ 31 ਦਸੰਬਰ 2015 ਨੂੰ ਹੋਇਆ ਸੀ। ਐਸ ਵੀ ਸਿੰਘ ਉਬਰਾਏ ਵੱਲੋਂ ਇਹਨਾਂ ਦੀ 67 ਲੱਖ ਬਲੱਡ ਮਨੀ ਪੱਲਿਓਂ ਅਦਾ ਕੀਤੀ ਗਈ ਹੈ, ਜੋ ਮਰਨ ਵਾਲਿਆਂ ਦੇ ਪਰਿਵਾਰ ਨੂੰ ਮਿਲੇਗੀ। 31 ਦਸੰਬਰ 2015 ਨੂੰ ਸ਼ਾਰਜਾ ਵਿੱਚ ਇੱਕ ਝਗੜਾ ਹੋਇਆ ਸੀ, ਜਿਹਦੇ ਵਿੱਚ ਕੁਝ 14 ਲੋਕ ਸੀ ਸਾਡੇ ਪੰਜਾਬ ਦੇ, ਹਰਿਆਣਾ ਤੇ 2 ਲੜਕੇ ਪਾਕਿਸਤਾਨ ਦੇ ਸੀ। ਅਤੇ ਉਹਨਾਂ 'ਚ 2 ਮਰਡਰ ਹੋ ਗਏ ਸੀ, ਅਸ਼ਰਫ ਅਲੀ ਜੋ ਕਿ ਸਾਡੇ ਇੱਥੇ ਪੱਟੀ ਘੰਟਾ ਘਰ ਸਮਰਾਏ ਦਾ ਰਹਿਣ ਵਾਲਾ, ਡਿਸਟ੍ਰਿਕਟ ਜਲੰਧਰ। ਦੂਸਰਾ ਲੜਕਾ ਜਿਹੜਾ ਵਰਿੰਦਰ ਸਿੰਘ, ਵਰਿੰਦਰਪਾਲ ਸਿੰਘ, ਉਹ ਪੰਡੋਰੀ ਡਿਸਟ੍ਰਿਕਟ ਕਪੂਰਥਲਾ ਦਾ ਰਹਿਣ ਵਾਲਾ ਸੀ। ਸੋ ਇਹਨਾਂ ਦੋਨਾਂ ਦਾ ਮਰਡਰ ਹੋ ਗਿਆ ਸੀ। ਉਹ ਫਿਰ ਕੇਸ ਚੱਲਿਆ, ਤਕਰੀਬਨ 26-27 ਜਿਹੜੀਆਂ ਪੇਸ਼ੀਆਂ ਉਹ ਸਾਰੀਆਂ ਭੁਗਤਣੀਆਂ ਪਈਆਂ ਸਾਨੂੰ। ਉਹ ਕੇਸ ਮੈਂ ਆਪਣੇ ਹੱਥਾਂ 'ਚ ਲਿਆ ਸੀ ਉਸ ਟਾਈਮ ਦੇ ਉੱਤੇ। ਅਤੇ ਕੱਲ੍ਹ ਜਿਹੜੇ ਲੜਕੇ ਨੇ ਇਹ ਤਕਰੀਬਨ ਇਹਨਾਂ 'ਚੋਂ, ਇਸ ਤੋਂ ਪਹਿਲਾਂ ਜਿਹੜਾ ਕਿ ਅਸੀਂ 24 ਤਰੀਕ ਨੂੰ 24-10-2018 ਦੇ ਵਿੱਚ ਕੰਪਰੋਮਾਈਜ਼ ਕਰਾ ਕੇ ਬਲੱਡ ਮਨੀ ਪੇ ਕਰ ਦਿੱਤੀ ਗਈ ਸੀ ਉਹਨਾਂ ਦੀ ਫੈਮਿਲੀਜ਼ ਨੂੰ, ਅਤੇ ਇਹ ਪੇਪਰ ਜਿਹੜੇ ਸੀ ਮੈਂ ਉੱਥੇ ਕੋਰਟ 'ਚ ਸਬਮਿਟ ਕਰ ਦਿੱਤੇ ਸੀ। ਉਸ ਤੋਂ ਬਾਅਦ ਫਿਰ ਤਕਰੀਬਨ 1.5 ਸਾਲ ਦੇ ਬਾਅਦ ਉਹਦਾ ਫੈਸਲਾ ਆਇਆ। ਸੋ ਇਹਨਾਂ ਦੀਆਂ ਸਾਰੇ ਜਿਹੜੇ ਲੜਕੇ ਸੀ ਉਹਨਾਂ ਦੀ ਫਾਂਸੀ ਮਾਫ਼ ਹੋ ਚੁੱਕੀ ਸੀ। ਇਹਨਾਂ 'ਚੋਂ 11 ਲੜਕੇ ਸਾਡੇ ਪੰਜਾਬ ਦੇ, 1 ਲੜਕਾ ਕੁਰੂਕਸ਼ੇਤਰ ਦਾ, 2 ਪਾਕਿਸਤਾਨ ਜਿਹੜੇ ਡਰਾਈਵਰ ਸੀਗੇ ਅਤੇ ਉਹ ਸੀਗੇ। ਅਤੇ ਕੱਲ੍ਹ ਜਿਹੜੇ ਬੱਚੇ ਨੇ ਇਹਨਾਂ 'ਚੋਂ 9 ਲੜਕੇ ਜਿਹੜੇ ਨੇ ਆਪਣੇ ਪੰਜਾਬ ਦੇ, 8 ਪੰਜਾਬ ਦੇ, 1 ਕੁਰੂਕਸ਼ੇਤਰ ਦਾ। ਸੋ ਇਹਨਾਂ ਨੂੰ ਇੰਡੀਆ ਲਿਆਂਦਾ ਗਿਆ ਅਤੇ ਏਅਰਪੋਰਟ ਤੋਂ ਸਿੱਧਾ ਉਹਨਾਂ ਨੂੰ ਚੇਨਈ ਲੈ ਗਏ। ਚੇਨਈ ਜਾ ਕੇ ਫਿਰ ਮਿਲਟਰੀ ਹੋਸਪਿਟਲ ਵਿੱਚ ਉਹਨਾਂ ਨੂੰ ਰੱਖਿਆ ਗਿਆ। ਕੱਲ੍ਹ ਹੀ ਉਹਨਾਂ ਦੇ ਟੈਸਟ ਵੀ ਹੋ ਗਏ ਸੀ। ਸੋ ਉਹਨਾਂ ਨੂੰ 14 ਦਿਨ ਲਈ ਉੱਥੇ ਰੱਖਿਆ ਜਾਏਗਾ, ਉਸ ਤੋਂ ਬਾਅਦ ਉਹਨਾਂ ਨੂੰ ਘਰੋਂ ਘਰ ਜਿਹੜਾ ਉਹ ਭੇਜ ਦਿੱਤਾ ਜਾਏਗਾ। ਬਾਕੀ ਜਿਹੜੇ ਲੜਕੇ ਰਹਿ ਗਏ ਨੇ 3, ਉਹ ਵੀ ਤਕਰੀਬਨ ਉਹ ਕਿਉਂਕਿ ਟਿਕਟਾਂ ਸੀਟਾਂ ਘੱਟ ਹੋਣ ਕਰਕੇ ਉਹ ਬੱਚੇ ਉੱਥੇ ਰਹਿ ਗਏ ਸੀ, ਅਤੇ ਜੋ ਮੇਰੀ ਗੱਲਬਾਤ ਕੀਤੀ ਹੈ ਅਤੇ ਕੁਛ ਦਿਨਾਂ ਦੇ ਅੰਦਰ ਹੀ ਹੈ ਉਹਨਾਂ ਬੱਚਿਆਂ ਨੂੰ ਵੀ ਜਿਹੜਾ ਉਹ ਭੇਜ ਦਿੱਤਾ ਜਾਏਗਾ। ਇਹ ਨੌਜਵਾਨ ਖੁਸ਼ ਨਸੀਬ ਹਨ ਕਿ ਵਾਪਸ ਪਰਤ ਆਏ ਹਨ, ਪਰ ਜਲੰਧਰ ਦਾ ਇੱਕ ਨੌਜਵਾਨ ਪਰਵਿੰਦਰ ਸਿੰਘ ਹਾਲੇ ਵੀ ਉੱਥੇ ਫਸਿਆ ਹੋਇਆ ਹੈ। ਉਸ ਦੀ 95 ਲੱਖ ਬਲੱਡ ਮਨੀ ਮੰਗੀ ਗਈ ਹੈ। ਉਹਨਾਂ ਦੇ ਪਰਿਵਾਰ ਨੇ ਗੁਹਾਰ ਲਾਈ ਹੈ ਕਿ ਹੱਥਾਂ 'ਚ ਤਸਵੀਰਾਂ ਪੜੀ ਉਹਨਾਂ ਦੇ ਮਾਪਿਆਂ ਦਾ ਕਹਿਣਾ ਕਿ ਉਬਰਾਏ ਸਾਹਿਬ ਨੂੰ ਸਾਡੀ ਅਪੀਲ ਹੈ ਕਿ ਸਾਡੇ ਮੁੰਡੇ ਨੂੰ ਵੀ ਵਾਪਸ ਲਿਆਉਣ, ਉਸ ਨੂੰ ਉੱਥੇ ਗਲਤ ਮਾਮਲੇ 'ਚ ਫਸਾਇਆ ਗਿਆ ਹੈ। ਮੇਰਾ ਨਾਂ ਸੁਰਿੰਦਰ ਸਿੰਘ ਆ, ਮੇਰਾ ਬੇਟਾ ਪਰਵਿੰਦਰ ਸਿੰਘ ਦੁਬਈ ਦੇ ਵਿੱਚ 14 ਸਾਲ ਹੋ ਗਿਆ ਫਸੇ ਨੂੰ। ਮੇਰੇ ਇਹੋ ਹੀ ਹੱਥ ਮੈਂ ਬੇਨਤੀ ਆ ਸਰਕਾਰ ਮੂਹਰੇ, ਕੈਪਟਨ ਸਾਹਿਬ ਦੇ ਮੂਹਰੇ, ਵੀ ਮੇਰਾ ਬੇਟਾ, ਮੇਰਾ ਮੈਨੂੰ ਪੂਰਾ ਮਾਣ ਆ ਵੀ ਮੇਰਾ ਬੇਟਾ ਦੁਬਈ 'ਚੋਂ ਕਢਾ ਕੇ ਲਿਆਉਣਗੇ। ਮੇਰਾ ਸਰਦਾਰ ਅਵਰਾਜ ਸਾਹਿਬ ਦੇ ਮੂਹਰੇ ਵੀ ਇਹੋ ਹੀ ਹੱਥ ਮੈਂ ਬੇਨਤੀ ਆ ਵੀ ਮੇਰਾ ਬੇਟਾ ਦੁਬਈ ਦੇ ਵਿੱਚ ਫਸਿਆ ਆ, 14 ਸਾਲ ਹੋ ਗਏ ਮੇਰੇ ਬੇਟੇ ਨੂੰ ਫਸੇ ਨੂੰ। ਮੈਨੂੰ ਪੂਰੇ ਅਵਰਾਜ ਸਾਹਿਬ 'ਤੇ ਵੀ ਮਾਣ ਆ ਵੀ ਮੇਰਾ ਬੇਟਾ, ਮੇਰੇ ਬੇਟਾ ਛੜਾ ਕਢਾ ਕੇ ਲਿਆਊਗਾ। ਭਗਵੰਤ ਮਾਨ ਦੇ ਮੂਹਰੇ ਵੀ ਸਾਡੀ ਮੇਰੀ ਹੱਥ ਬੰਨ ਬੇਨਤੀ ਆ ਵੀ ਮੇਰੀ ਸਰਕਾਰ ਮੇਰੇ ਜ਼ਰੂਰ ਸੁਣੂਗੀ ਮੇਰੀ ਗਰੀਬ ਦੀ, ਵੀ ਮੇਰੇ ਇਹੋ ਹੀ ਹੱਥ ਬੰਨ ਬੇਨਤੀ ਆ ਸਰਕਾਰ ਮੂਹਰੇ, ਭਗਵੰਤ ਮਾਨ ਦੇ ਮੂਹਰੇ ਵੀ ਵੀ ਮੇਰਾ ਬੇਟਾ ਛੇਤੀ ਤੋਂ ਛੇਤੀ ਮੇਰਾ ਜੇਲ੍ਹ 'ਚੋਂ ਕਢਾ ਕੇ ਲਿਆਓ। ਅਤੇ ਮੈਂ ਭਾਈ ਰਤਨ ਸਿੰਘ ਦੇ, ਭਾਜੀ ਰਤਨ ਸਿੰਘ ਦੇ ਕਾਕੜਾਂ ਵਾਲੇ ਦੇ ਵੀ ਮੇਰੀ ਇਹੋ ਹੀ ਹੱਥ ਬੰਨ ਬੇਨਤੀ ਆ ਵੀ ਮੇਰੇ ਜ਼ਰੂਰ ਮੇਰਾ ਬੇਟਾ ਇਹ ਕਢਾ ਕੇ ਜ਼ਰੂਰ ਛੇਤੀ ਤੋਂ ਛੇਤੀ ਕਢਾ ਕੇ ਲਿਆਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਇੰਦਰਜੀਤ ਆ, ਮੇਰਾ ਬੇਟਾ ਪਰਵਿੰਦਰ ਸਿੰਘ 14 ਸਾਲ ਤੋਂ ਦੁਬਈ ਦੀ ਜੇਲ੍ਹ ਵਿੱਚ ਬੰਦ ਆ। ਸਰਕਾਰ ਮੂਹਰੇ ਇਹੋ ਹੀ ਬੇਨਤੀ ਆ, ਅਰਦਾਸ ਬੇਨਤੀ ਆ, ਮੇਰਾ ਪੁੱਤ ਛੇਤੀ ਤੋਂ ਛੇਤੀ ਕਢਾ ਕੇ ਘਰ ਲਿਆਂਦਾ ਜਾਵੇ। ਕੈਪਟਨ ਸਰਕਾਰ ਮੂਹਰੇ, ਭਗਵੰਤ ਮਾਨ ਮੂਹਰੇ, ਅਵਰਾਜ ਸਾਹਿਬ ਮੂਹਰੇ ਇਹੋ ਹੀ ਬੇਨਤੀ ਆ, ਸਾਡੀ ਮਿਹਨਤ ਆ, ਕਢਾ ਕੇ ਛੇਤੀ ਛੇਤੀ ਘਰ ਲਿਆਓ ਉਹਨੂੰ। ਕਾਕੜਾ ਵਾਲੇ ਰਤਨ ਸਿੰਘ ਮੂਹਰੇ, ਭਾਜੀ ਦੇ ਮੂਹਰੇ ਵੀ ਇਹ ਮਿਹਨਤ ਆ ਸਾਡੀ, ਛੇਤੀ ਤੋਂ ਛੇਤੀ ਘਰ ਲਿਆਂਦਾ ਜਾਵੇ, ਸਾਡੇ ਢਿੱਡ ਨਾ ਲਾ ਦਿਓ ਲਿਆ ਕੇ। ਸਾਡਾ ਰੋਟੀ ਦਾ ਸਹਾਰਾ ਹੈ ਨਹੀਂ ਕੋਈ, ਉਹੋ ਹੀ ਕੁਛ ਆ ਸਾਡੇ ਕੋਲ। 14 ਸਾਲ ਤੋਂ ਬੰਦ ਆ ਦੁਬਈ ਦੀ ਜੇਲ੍ਹ ਦੇ ਵਿੱਚ, ਉਹਨੂੰ ਲਿਆਂਦਾ ਜਾਵੇ। ਸਰਕਾਰਾਂ ਨੂੰ ਉਹ ਮਿਹਨਤ ਆ ਸਾਡੀ, ਸਰਕਾਰਾਂ ਦੇ ਮੂਹਰੇ ਸਾਰੇ ਧੱਕੇ ਖਾ ਲਿਆ ਸਾਡੀ, ਅੱਗੇ ਤਾਂ ਕਿਸੇ ਨੇ ਸੁਣੀ ਨੇ, ਪਰ ਹੁਣ ਮਿਹਨਤ ਆ, ਹੁਣ ਸਾਡੀ ਬੱਸ ਹੋਈ ਆ। ਰੋਟੀ ਦਾ ਸਹਾਰਾ ਹੈ ਨਹੀਂ, ਪਾਣੀ ਦਾ ਘੁੱਟ ਦੇਣ ਨੂੰ ਕੋਈ ਵੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤੋਂ ਪਹਿਲਾਂ 2010 ਵਿੱਚ SP ਸਿੰਘ ਉਬਰਾਏ ਵੱਲੋਂ 1.4 million US dollar ਦੀ ਬਲੱਡ ਮਨੀ ਅਦਾ ਕਰਕੇ 17 ਪੰਜਾਬੀ ਨੌਜਵਾਨ ਛੁਡਵਾਏ ਗਏ ਸਨ ਜੋ ਪਾਕਿਸਤਾਨ ਦੇ ਇੱਕ ਨੌਜਵਾਨ ਦੇ ਕਤਲ ਦੇ ਸਿਲਸਿਲੇ 'ਚ ਬੰਦ ਸਨ। SP ਸਿੰਘ ਉਬਰਾਏ ਦਾ ਕਹਿਣਾ ਹੈ ਕਿ 2015 ਤੋਂ ਜੇਲ੍ਹ ਵਿੱਚ ਬੰਦ ਹਨ। ਇਸ ਵੇਲੇ ਇਸ ਮਾਮਲੇ ਦਾ ਫੈਸਲਾ ਆਉਣ ਵਾਲਾ ਸੀ। ਤੈਅ ਕਾਨੂੰਨ ਮੁਤਾਬਕ ਇਹਨਾਂ ਨੂੰ ਛੁਡਾਉਣ ਲਈ ਬਲੱਡ ਮਨੀ ਅਦਾ ਕਰਨੀ ਪੈਣੀ ਸੀ, ਸੋ ਮੈਂ 60 lakh ਰੁਪਏ ਅਦਾ ਕਰਕੇ ਇਹਨਾਂ ਨੂੰ ਛੁਡਵਾਇਆ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।